ਵੇਸ਼ ਬਲਵਿੰਦਰ ਕੌਰ ਬਰਾੜ ਦੀ ਕਹਾਣੀ ਉੱਚੇ ਬੁਰਜ ਮੈਂ ਡਗੜ ਡਗੜ ਪੌੜੀਆਂ ਚੜ੍ਹਦੀ ਕੋਠੇ ਦੇ ਬਨੇਰੇ ਤੇ ਜਾਲੀ ਦੀਆਂ ਮੋਰੀਆਂ ਨਾਲ ਬੱਦੀ ਤਾਰ ਤੇ ਕੱਪੜੇ ਸੁੱਕਣੇ ਪਾਉਣ ਜਾਂਦੀਆਂ ਤਾਂ ਸਰਸਰੀ ਨਿਗਨ ਨਾਲ ਆਸੇ ਪਾਸੇ ਦੇ ਘਰਾਂ ਵੱਲ ਘਰਾਂ ਵਿੱਚ ਵਸਦੇ ਲੋਕਾਂ ਵੱਲ ਦੇਖਦੀਆਂ ਕੱਪੜੇ ਸੁੱਕਣੇ ਪਾਉਣਾ ਜਾਂ ਉਤਾਰਨ ਜਾਣਾ ਤਾਂ ਉੱਪਰ ਆਉਣ ਦਾ ਇੱਕ ਬਹਾਨਾ ਜਿਹਾ ਹੀ ਹੁੰਦਾ ਤਾਰ ਤੇ ਲਟਕਦੇ ਕੱਪੜੇ ਤਾਂ ਮੈਨੂੰ ਆਪਣੇ ਟੰਗੇ ਹੋਏ ਜਾਂ ਸਿਰ ਪਰਨੇ ਲਟਕਦੇ ਸੁਪਨਿਆਂ ਵਾਂਗ ਧੁੱਪਾਂ ਛਾਵਾਂ ਜਰਦੇ ਲੱਗਦੇ ਨੇ ਪੂਰੀ ਹਵੇਲੀ 'ਚ ਮੇਰੇ ਲਈ ਸਭ ਤੋਂ ਸੌਖੀ ਥਾਂ ਇਹ ਛੱਤ ਉੱਪਰਲਾ ਥਾਂ ਹੀ ਐ ਜਿੱਥੇ ਮੈਂ ਆਪਣੇ ਆਪ ਦਾ ਸਾਥ ਮਾਣਦੀ ਆਂ ਇਠਾਂ ਹਵੇਲੀ ਦੀਆਂ ਉੱਚੀਆਂ-ਉੱਚੀਆਂ ਦੀਵਾਰਾਂ ਤੇ ਵਿਹੜੇ ਵੱਲ ਨੂੰ ਖੁੱਲਦੇ ਦਰਾਂ ਵਾਲੇ ਸਭ ਕਮਰੇ ਮੈਨੂੰ ਟੀਵੀ ਉੱਤੇ ਦੇਖੀ ਜੇਲ੍ਹ ਵਰਗਾ ਅਹਿਸਾਸ ਕਰਵਾਉਂਦੇ ਨੇ ਜਦ ਹੀਠਾ ਮੇਰਾ ਦਮ ਘੁੱਟਦਾ ਤਾਂ ਉੱਪਰ ਆ ਕੇ ਹੋਰ ਸਖਾਲਾ ਸਾਹ ਆਉਂਦਾ ਇੱਥੋਂ ਸਾਹਮਣੇ ਨੀਵੇਂ ਜੇ ਵਿੜੇ ਵਾਲਾ ਸੁਧਾਰਨ ਜਿਹਾ ਘਰ ਮੈਂ ਘੰਟਿਆਂ ਵੱਧੀ ਨਿਹਾਰ ਸਕਦੀ ਆ ਉਸ ਘਰ ਵੱਲ ਉੱਠਦੀਆਂ ਪਲਕਾਂ ਮੇਰੇ ਕਈ ਪਿਛਲੇ ਪੰਨਿਆਂ ਦੀ ਫੋਲਾ ਫਾਲੀ ਕਰਨ ਲੱਗਦੀਆਂ ਇਹ ਘਰ ਮੇਰੇ ਨਾਲ ਪੜਦੇ ਗਿੰਦਰ ਦਾ ਘਰ ਹੈ ਗਿੰਦਰ ਮੇਰੇ ਨਾਲ ਹੋਸਟਲ ਵਿੱਚ ਲਈ ਰੂਮ ਮੇਟ ਦਾ ਕਈ ਸਾਲ ਦੋਸਤ ਰਿਹਾ ਹੈ ਮੈਨੂੰ ਰਹਿ ਰਹਿ ਕੇ ਹੋਸਟਲ ਦੇ ਰੰਗीन ਤੇ ਆਜ਼ਾਦ گزارੇ ਦਿਨ ਯਾਦ ਆ ਜਾਂਦੇ ਨੇ ਸਾਰੀ ਸਾਰੀ ਰਾਤ ਭੂਤਾਂ ਵਾਂਗ ਕਲਕਾਰੀਆਂ ਮਾਰਦੇ ਫਿਰਨਾ ਘਰ ਦੀਆਂ ਵਿਵਰਜਤ ਰੁੱਤਾਂ ਤੋਂ ਪਾਰ ਦੀਆਂ ਗੱਲਾਂ ਕਰਨੀਆਂ ਨਾਚ ਗਾਣਿਆਂ ਤੇ ਹਾਸਿਆਂ ਭਰਿਆ ਉਹ ਮਾਹੌਲ ਜੋ ਚਫੇਰੇ ਅਲੜ ਰੁੱਤ ਦੀ ਬਾਤ ਪਾਉਂਦਾ ਖੁਸ਼ੀਆਂ ਵਖੇਰਦਾ ਸੀ ਮਰਜ਼ੀ ਨਾਲ ਸੌਣਾ ਮਰਜ਼ੀ ਨਾਲ ਜਾਗਣਾ ਫਿਰ ਪੂਰੇ ਰੋਬ ਨਾਲ ਮੈਸ ਦੇ ਛੋਟੂ ਨੂੰ ਬਣੀ ਬਣਾਈ ਥਾਲੀ ਪਰੋਸਣ ਲਈ ਆਖਣਾ ਕਿੰਨੇ ਹਸੀਨ ਪਲ ਸਨ ਜੋ ਚੇਤਿਆਂ ਵਿੱਚ ਜਾਲਲੇ ਨਹੀਂ ਉਦੋਂ ਵਕਤ ਜਿਵੇਂ ਕੱਚ ਦੀਆਂ ਗੁਰਗਾਬੀਆਂ ਬਾਤ ਹੋ ਰਿਆ ਸੀ ਸਮਾਂ ਵੀ ਕਿੰਨੀ ਬਲਵਾਨ ਸ਼ੈ ਹੁੰਦਾ ਹੈ ਕਦੇ ਬਰਿਆਂ ਦੇ ਬਰੇ ਪਲਕ ਚਪਕ ਦੀਆਂ ਲੰਘਾ ਦਿੰਦਾ ਤੇ ਕਦੇ ਪਲ ਤੋਂ ਪਲ ਵੀ ਬਰਿਆਂ ਵਾਂਗ ਅੜਕੇ ਖੜੋ ਜਾਂਦੇ ਨੇ ਇੱਕ ਵਾਰੀ ਭੂਆ ਜੀ ਨੇ ਕਿਹਾ ਸੀ ਕੁੜੀ ਨੂੰ ਹੋਸਟਲ ਚ ਵਾੜਾ ਨਾ ਚ ਰੱਖਿਓ ਫੇਰ ਇਹ ਘਰਾਂ ਜੋਗੀਆਂ ਨਹੀਂ ਰਹਿੰਦੀਆਂ ਉਸ ਵੇਲੇ ਭੂਆ ਜੀ ਦੇ ਆਖੇ ਬੋਲ ਸਿਲਤ ਵਾਂਗ ਚੁਬੇ ਸੀ ਪਰਾਧ ਸੱਚ ਜਾਪਦੇ ਨੇ ਕਿੰਦਰ ਦੇ ਘਰ ਨਾਲ ਜਾਣ ਪਛਾਣਤਾ ਰਾਣੀ ਨਹੀਂ ਕਰਵਾਈ ਸੀ ਜਦੋਂ ਮੈਂ ਉਸ ਨੂੰ ਨਵੀਂ-ਨਵੀਂ ਮਿਲੀ ਸੀ ਉਹ ਵੀ ਮੇਰੇ ਮੰਗਰ ਛੱਤ ਤੇ ਆ ਕੇ ਮੇਰੇ ਪਿੰਡੇ ਨਾਲ ਅਠ ਖੇਲੀਆਂ ਕਰਦਾ ਪਿੰਡ ਨਾਲ ਜਾਣ ਪਛਾਣ ਕਰਵਾ ਰਿਹਾ ਸੀ ਦੇਖ ਲੈ ਤੇਰਾ ਘਰ ਪਿੰਡ 'ਚ ਸਭ ਤੋਂ ਉੱਚਾ ਹੈ ਉਹ ਆਪਣੇ ਤਾਇਆ ਜੀ ਨੰਬਰਦਾਰਾਂ ਦਾ ਘਰ ਤੇ ਫਿਰ ਉਸ ਨੇ ਇਸ ਘਰ ਵੱਲ ਉੰਗਲ ਕਰਕੇ ਇੱਕ ਛੋਟਾ ਜਿਹਾ ਘਰ ਦਿਖਾਉਂਦਿਆਂ ਕਿਹਾ ਸੀ ਉਹ ਜਿਹੜਾ ਲੰਗ ਜਾ ਘਰ ਦਿਸਦਾ ਨਾ ਢੈਂਦੀ ਜੀ ਕੰਧ ਵਾਲਾ ਉਹਨਾਂ ਦਾ ਸ਼ੋਰ ਵੀ ਜੁਨੀਵਰਸਿਟੀ ਚ ਪੜਦਾ ਰਿਹਾ ਬਾਲੀ ਪੜਾਈ ਨੇ ਉਹਦਾ ਸਿਰ ਖਰਾਬ ਕਰ ਰੱਖਿਆ ਉਹ ਉਹੀ ਰਾਜੰਦਾਂ ਨਾਲ ਖੱਬੜਦਾ ਫਿਰੂ ਸਿੱਧੇ ਮੂੰਹ ਤਾਂ ਗੱਲ ਹੀ ਨਹੀਂ ਕਰਦਾ ਉਹ ਜਿਹੜਾ ਲੰਗ ਜਾ ਘਰ ਦਿਸਦਾ ਨਾ ਢੈਂਦੀ ਜੀ ਕੰਧ ਵਾਲਾ ਉਹਨਾਂ ਦਾ ਸ਼ੋਰ ਵੀ ਨਾ ਜੁਨੀਵਰਸਿਟੀ ਪੜਦਾ ਰਿਹਾ ਬਾਲੀ ਪੜਾਈ ਨੇ ਉਹਦਾ ਸਿਹਰੀ ਖਰਾਬ ਕਰ ਰੱਖਿਆ ਉਹ ਉਹੀ ਰਾਜੰਦਾਂ ਨਾਲ ਖੱਬੜਦਾ ਫਿਰੂ ਸਿੱਧੇ ਮੂੰਹ ਤਾਂ ਗੱਲ ਹੀ ਨਹੀਂ ਕਰਦਾ ਇਹ ਆਖ ਕੇ ਰਾਣਾ ਜਿਵੇਂ ਸਭ ਪੜਾਈ ਕਰਨ ਵਾਲੇ ਲੋਕਾਂ ਨੂੰ ਇੱਕੋ ਰਸੇ ਲਪੇਟ ਰਿਹਾ ਸੀ ਸ਼ਾਇਦ ਉਹ ਆਪਣੀ ਅਣਪੜਤਾ ਨੂੰ ਟੱਕਣ ਲਾ ਰਿਹਾ ਹੋਵੇ ਮੇਰੇ ਵੀਰੇ ਨੂੰ ਸਾਥ ਕਰਨ ਵੇਲੇ ਇਸ ਨੇ ਆਪਣੀ ਡਿਗਰੀ ਬੀਏ ਤੱਕ ਦੱਸੀ ਸੀ ਪਰ ਗੱਲਾਂ ਬਾਤਾਂ ਤੋਂ ਮੈਨੂੰ 10ਵੀਂ 12ਵੀਂ ਪਾਸ ਵੀ ਮਸਾਂ ਹੀ ਲੱਗਦਾ ਮੈਂ ਆਪਣੀ ਅੱਲੜ ਵਰੇਸ ਵੇਲੇ ਪਾਲੀ ਕਿਸੇ ਦਿਲ ਦੇ ਜਾਨੀ ਨੂੰ ਤਲਾਸ਼ਣ ਦੀ ਰੀਜ ਤਲ ਇਸ ਕਾਕਾ ਜੀ ਨੂੰ ਕਿਆਸ ਕੇ ਝੂਰਦੀਆਂ ਉਹ ਗਿੰਦਰ ਬਾਰੇ ਗੱਲ ਕਰਦਾ ਆਪਣੇ ਪੈਸੇ ਦੇ ਮਾਣ ਨੂੰ ਗੌਲ ਦਾ ਗਿੰਦਰ ਦੇ ਅੰਦਰਲੇ ਇਲਮ ਨੂੰ ਅਕਸਰ ਰੋਲ ਦਿੰਦਾ ਜੋ ਜਮਾਤ ਵਿੱਚ ਹਮੇਸ਼ਾ ਫਸਟ ਆ ਕੇ ਵੀ ਨੌਕਰੀ ਲਈ ਕੋਈ ਜੁਗਾੜ ਨਹੀਂ ਜਟਾ ਸਕਿਆ ਮੇਰੀ ਰੂਮ ਮੇਟ ਜਿੱਤੀ ਤੇ ਗਿੰਦਰ ਦੀ ਦੋਸਤੀ ਜੱਗਜਾਰ ਸੀ ਜਦੋਂ ਇਹ ਜੋੜੀ ਚੋਲ ਮੋਲ ਕਰਦੀ ਦਰਖਤਾਂ ਹੀਟ ਦੀ ਤੁਰਦੀ ਤਾਂ ਦੋਹਾਂ ਦਾ ਮਿਲਦਾ ਜੁਲਦਾ ਘੱਦਵਤ ਤੌਰ ਹਰਕਤਾਂ ਸਭ ਇੱਕ ਦੂਜੇ ਲਈ ਖੜੇ ਹੋਣ ਦੀ ਦੱਸ ਪਾਉਂਦੀਆਂ ਸਨ ਗੈਰਾ ਤੱਕ ਜੀਤੀ ਮੇਰੇ ਕੋਲ ਗਿੰਦਰ ਨਾਲ ਹੋਈਆਂ ਬੀਤੀਆਂ ਦਹਰਾਉਂਦੀ ਰਹਿੰਦੀ। ਕਈ ਵਾਰੀ ਮੈਂ ਉਸ ਦੀਆਂ ਬੇਤੁਕੀਆਂ ਸੁਣਦੀ ਅੱਕ ਜਾਂਦੀ। ਮੈਂ ਟੋਕਦੀ, ਮੇਰੇ ਮਾਂ ਜੀ ਕਹਿੰਦੇ ਨੇ, ਬਾਲਾ 헤ਜ ਬਾਲੀ ਛੇਤੀ ਮੁੱਕ ਜਾਂਦਾ ਬੱਸ ਕਰ। ਪਰ ਜੀਤੀ ਮੇਰੀ ਗੱਲ ਗੋਲੇ ਵੇਨਾ ਆਪਣੀ ਰਮੈਣ ਸੁਣਾਉਂਦੀ ਰਹਿੰਦੀ। ਮੂਹਰੋਂ ਭਰੇ ਜਾਂਦੇ ਹੰਗਾਰੇ ਦੀ ਗਹਿਰਾਈ ਮਾਪੇ ਬਿਨਾ ਬੱਸ ਬੋਲਦੀ ਰਹਿੰਦੀ। ਉਹ ਕਿਸੇ ਸੋਪਨ ਸੰਸਾਰ ਵਿੱਚ ਉੱਤਰੀ ਲੱਗਦੀ। ਜੀਤੀ ਨੂੰ ਉੱਡੂ ਉੱਡੂ ਕਰਦੀ ਬੇ ਇੱਕ ਵਾਰ ਮੈਂ ਪੁੱਛਿਆ ਸੀ ਮੈਨੂੰ ਸੱਚੋ ਸੱਚ ਦੱਸ ਤੂੰ ਗਿੰਦਰ ਨੂੰ ਕਿੰਨਾ ਕਿਚੌਨੀ ਆ ਤੇ ਫਿਰ ਅੰਦਰ ਕੀ ਬਦਲਾ ਆ ਜਾਂਦਾ ਉਹ ਸ਼ਰਬਤੀ ਅੱਖਾਂ ਵਿੱਚ ਖੁਮਾਰ ਜਿਹਾ ਭਰ ਕੇ ਦਾਰਸ਼ਨਿਕਾਂ ਵਾਂਗ ਬੋਲਣ ਲੱਗੀ ਸੱਚੀ ਗਿੰਦਰ ਜਦੋਂ ਬੋਲਦਾ ਨਾ ਮੈਨੂੰ ਲੱਗਦਾ ਉਹਦੇ ਹਾਸਿਆਂ ਨਾਲ ਹੀ ਫਸਲਾਂ ਫੱਕਦੀਆਂ ਨੇ ਬੱਦਲ ਵਰਦੇ ਨੇ ਫੁੱਲਾਂ ਦੀਆਂ ਪੰਖੜੀਆਂ ਪਲਕਾਂ ਖੋਲ੍ਹਦੀਆਂ ਨੇ ਮੈਂ ਹਾਸੇ ਰੁੱਕ ਪਲਟੀ ਬਸ ਕਰ ਥੱਲੇ ਉਤਰਿਆ ਹੋਰ ਨਾ ਇੰਦਰ ਦੇਵਤਾ ਰੁੱਸ ਜੇ ਕਿਤੇ ਪਰ ਲੋ ਆ ਜੀ ਜੀਤੀ ਨੇ ਮੈਨੂੰ ਕਲਾਵੇ ਵਿੱਚ ਭਰ ਲਿਆ ਮੈਂ ਉਸ ਨੂੰ ਪਰੇ ਤੱਕ ਦੀ ਨਹੀਂ ਕਿਹਾ ਮਾਫ਼ ਕਰਨਾ ਇਹਨਾਂ ਲੂਰੀਆਂ ਜੀਆਂ ਨੂੰ ਆਪਦੇ ਕੋਲ ਸਾਂਭ ਕੇ ਰੱਖ ਮੈਂ ਗਿੰਦਰਣੀ ਆ ਫੇਰ ਉਹ ਅੱਖਾਂ ਪਰਦੀ ਖੁਸ਼ੀ ਦੇ ਪਲਾਂ ਵਿੱਚ ਵੀ ਪਿਗਲਦੀ ਅੰਤਾਂ ਦੀ ਉਦਾਸ ਹੋ ਜਾਂਦੀ ਦੇਖੀ ਕਈ ਵਾਰ ਬਹੁਤ ਉਦਾਸ ਹੋ ਜਾਂਦਾ ਉਹ ਵੀ ਆਪਾਂ ਤਾਂ ਨਹਿਰ ਦੇ ਦੋ ਕਿਨਾਰੇ ਆ ਜਿਹੜੇ ਕਦੇ ਨਹੀਂ ਮਿਲਣੇ ਤੂੰ ਕਿੱਥੇ ਬਣ ਜਲਾ ਬੈਠੀ ਮੇਰੇ ਭੀੜੇ ਵਿਹੜੇ 'ਚ ਤੇਰੇ ਸੁਪਨੇ ਮੇਚ ਨਹੀਂ ਆਉਣੇ ਜੀਤੀ ਨੂੰ ਇਹੋ ਜੀਆਂ ਗੱਲਾਂ ਸੁਣਦੀ ਮੈਂ ਵੀ ਉਹਦੇ ਮਨ ਵੇੜੇ ਉਤਰੀ ਕਾਸ਼ਨੀ ਧੁੱਪ ਦਾ ਨਗਮਾ ਮੰਨਦੀ ਜਦੋਂ ਗਿੰਦਰ ਰੀਆਂ ਕਈਆਂ ਗੱਲਾਂ ਦੱਸਦੀ ਦੇਖੀ ਗਿੰਦਰ ਦਿਲ ਦਾ ਤਾਂ ਸ਼ਹਿਜ਼ਾਦਾ ਹੈ ਕਹਿੰਦਾ ਜੇ ਕਹੀਂ ਤਾਂ ਛਾਤੀ چیر ਕੇ ਤੇਰੇ ਲਈ ਅੰਦਰ ਬਣੀ ਥਾਂ ਵਿਖਾਵਾਂ ਮੈਂ ਸੋਚਦੀ ਕਾਸ਼ ਮੈਨੂੰ ਵੀ ਕੋਈ ਆਪਣੇ ਅੰਦਰ ਇੰਨੀ ਮੋਕਲੀ ਥਾਂ ਦਾ ਸੱਦਾ ਦੇਵੇ ਪਰ ਜੀਤੀ ਨੂੰ ਮੈਂ ਅਕਸਰ ਵਰਜਦੀ ਕੀ ਘੰਟਿਆਂ ਵੱਧੀ ਗੱਲਾਂ ਕਰਦੇ ਹਾਂ ਕਿਤੇ ਵਿਆਹ ਤੋਂ ਪਹਿਲਾਂ ਹੀ ਨਾ ਗੱਲਾਂ ਦਾ ਕੋਟਾ ਪੂਰਾ ਕਰ ਲਿਓ ਫੇਰ ਸਾਰੀ ਉਮਰ ਹਾਸੇ ਭਾਣੇ ਗੱਲ ਕਰਨ ਨੂੰ ਵੀ ਤਰਸ ਜੋਂ ਜੀਤੀ ਨੇ ਪੂਰੇ ਹਰਖ ਨਾਲ ਮੈਨੂੰ ਕਿਹਾ ਸੀ ਸ਼ੋਭ ਸ਼ੋਭ ਬੋਲ ਜੇ ਮੂੰਹ ਨਹੀਂ ਸੋਣਾ ਤਾਂ ਗੱਲ ਤਾਂ ਚੱਜ ਦੀ ਕਰ ਲਿਆ ਕਰ ਅੱਜ ਮੈਂ ਉਦੋਂ ਬੋਲੇ ਬੋਲਾਂ ਤੇ ਪਛਤਾ ਰਹੀ ਹਾਂ ਅੱਜ ਉਹ ਸਭ ਹੋਈਆਂ ਬੀਤੀਆਂ ਮੇਰੀ ਸਾਹ ਨਾੜੀ ਵਿੱਚ ਚੋਬਣ ਲੱਗਦੀਆਂ ਨੇ ਇੱਕ ਵਾਰੀ ਜੀਤੀ ਨੇ ਮੈਨੂੰ ਪੁੱਛਿਆ ਸੀ ਤੇਰਾ ਨਹੀਂ ਜੀ ਕਰਦਾ ਤੇਰਾ ਹੀ ਕੋਈ ਆਪਣਾ ਹੋਵੇ ਬਸ ਜੀ ਤੋ ਹਾਲੇ ਪੁੱਛਿਆ ਨਹੀਂ ਘਰ ਦਾ ਦੇ ਖੇਤਰਾਂ ਤੋਂ ਡਰ ਬਹੁਤ ਲੱਗਦਾ ਦੂਜਾ ਮੈਂ ਤਾਂ ਆਪਦੇ ਘਰ ਵਾਲੇ ਨੂੰ ਸੁੱਚੀ ਦੇ ਸੁੱਚੀਆਂ ਸੋਚਾਂ ਗਿਫਟ ਵਜੋਂ ਪਰੋਸਣੀਆਂ ਨੇ ਤੇ ਜੀ ਕਰਦਾ ਉਹ ਵੀ ਮੇਰੇ ਕੋਲ ਇਸੇ ਸ਼ਿੱਦਤ ਨਾਲ ਆਵੇ ਮੈਂ ਵੀ ਆਪਣਾ ਅੰਦਰ ਉਸ ਕੋਲ ਖੋਲ ਲਿਆ ਸੀ ਮੈਨੂੰ ਤੇਰੇ ਲਈ ਵੀ ਡਰ ਆਉਂਦਾ ਮਨ ਚਾਹਤ ਕਰ ਬੈਠੇ ਤੇਰੀ ਜੂ ਧੂਰੀ ਰਹਿ ਜੇ ਫਿਰ ਜੂਨ ਥੋੜੋ ਰਹਿ ਜਾਂਦੀ ਹੈ ਜੀਤੀ ਪੂਰੀ ਬੇਪਰਵਾਹੀ ਨਾਲ ਕਹਿ ਰਹੀ ਸੀ ਉਦੋਂ ਦੀ ਉਦੋਂ ਦੇਖੀ ਜਾਊ ਹੁਣ ਨੂੰ ਕਾ ਨੂੰ ਬਰਬਾਦ ਕਰੀਏ ਪਰ ਮੈਨੂੰ ਲੱਗਦਾ ਕਿਸੇ ਸੀਨੇ ਦੀ ਮਿੱਟੀ ਵਿੱਚ ਉੱਗ ਪੈਣ ਪਿੱਛੋਂ ਉਸ ਦੀਆਂ ਜੜਾਂ ਵੱਡੇ ਜਾਣ ਪਿੱਛੋਂ ਵੀ ਨਿਤ ਘਰੂੰਬਲਾਂ ਫੁੱਟ ਪੈਂਦੀਆਂ ਹੋਣਗੀਆਂ ਗਿੰਦਰ ਨੂੰ ਜਦੋਂ ਮੈਂ ਆਪਣੇ ਹੋਣ ਵਾਲੇ ਮੰਗੇਤਰ ਬਾਰੇ ਪੁੱਛਿਆ ਸੀ ਤਾਂ ਉਸ ਨੇ ਵਿਅੰਗ ਜਿਹੇ ਨਾਲ ਕਿਹਾ ਸੀ ਜਿਹੋ ਜਿਹੇ ਵੱਡੇ ਘਰਾਂ ਦੇ ਕਾਕੇ ਹੁੰਦੇ ਨੇ ਉਹੋ ਜਿਹਾ ਹੈਗਾ ਜ਼ਮੀਨ ਜਾਇਦਾਦ ਨੁੱਕਰ ਚੱਕਰ ਕੋਠੀਆਂ ਕਾਰਾਂ ਗਹਿਣੇ ਕੱਪੜੇ ਘੁੰਮਣਾ ਫਿਰਨਾ ਹੋਰ ਕੁੜੀਆਂ ਨੂੰ ਚਾਹੀਦਾ ਕੀ ਹੁੰਦਾ ਇਹ ਸਭ ਸ਼ਾਇਦ ਉਹ ਜੀਤੀ ਦੀ ਬੇਵਫਾਈ ਨੂੰ ਅੱਗੇ ਰੱਖ ਕੇ ਮੈਨੂੰ ਸੁਣਾ ਰਿਹਾ ਸੀ ਜਦੋਂ ਭਰੀਆਂ ਅੱਖਾਂ ਨਾਲ ਜੀਤੀ ਦੇ ਕਿਸੇ ਬਾਹਰਲੇ ਅਮੀਰ ਮੁੰਡੇ ਨਾਲ ਵਿਆਹੀ ਜਾਣ ਦੀ ਖਬਰ ਸੱਜਰੀ ਹੀ ਸੁਣ ਕੇ ਆਇਆ ਸੀ ਮੈਂ ਉਸ ਦੇ ਮੂੰਹ ਦੀਆਂ ਉਦਾਸ ਰਖਾਵਾਂ ਵਿੱਚੋਂ ਕਿੰਨਾ ਗਹਿਰਾ ਦੁੱਖ ਪੜਿਆ ਸੀ ਉਸ ਦਿਨ ਉਹ ਘੰਟਾ ਪਰ ਸਾਡੇ ਹੋਸਟਲ ਤੋਂ ਬਾਹਰਲੀ ਢੇਲੀ ਤੇ ਮੇਰੇ ਕੋਲ ਨੀਵੀਂ ਪਾਈ ਬੈਠਾ ਸੀ ਇੱਕ ਡੱਕੇ ਨਾਲ ਜ਼ਮੀਨ ਦੀ ਹਿੱਕ ਤੇ ਲੀਕਾਂ ਬੌਂਦਾ ਰਿਹਾ ਸ਼ਾਇਦ ਹੱਥਾਂ ਤੇ ਟੁੱਟੀਆਂ ਬਸਲਦਿਆਂ ਲਕੀਰਾਂ ਨੂੰ ਮੁੜ ਤਰਤੀਬ ਦੇ ਰਿਹਾ ਹੋਵੇ ਉਹ ਸੁੰਦਰ ਲੱਗੀ ਹੰਜੂਆਂ ਦੀ ਝੜੀ ਉਸਨੂੰ ਹੋਰ ਵੀ ਗਹਿਰਾ ਗੰਭੀਰ ਦਰਸਾ ਰਹੀ ਸੀ ਉਹ ਕਿੰਨਾ ਹੀ ਚਿਹਰਾ ਆਪਣੀ ਗਰੀਬੀ ਤੇ ਝੁਰਦਦਾ ਰਿਹਾ ਮੈਂ ਜੀਤੀ ਵੱਲੋਂ ਕਈ ਸਫਾਈਆਂ ਪਰੋਸਦੀ ਰਹੀ ਕਿ ਜੀਤੀ ਨੇ ਤਾਂ ਆਪਣੇ ਭਰਾ ਕੋਲ ਤੇਰੇ ਬਾਰੇ ਗੱਲ ਤੋਰੀ ਸੀ ਪਰ ਉਹਦੇ ਭਰਾ ਨੇ ਦੱਸਿਆ ਸੀ ਕਿ ਮੈਂ ਪਤਾ ਕੀਤਾ ਮੁੰਡੇ ਕੋਲ ਜ਼ਮੀਨ ਘਟ ਹੈ ਆ ਪਿਆਰਪੂਰ ਤਾਂ ਇੱਕ ਮਹੀਨੇ ਦੀ ਬਾਤ ਛੜਨੀ ਚੱਲਦਾ ਜਿਆਦਾ ਆਟੇ ਦਾਣੇ ਦਾ ਭਾਅ ਪਤਾ ਲੱਗਦਾ ਗਿੰਦਰ ਨੇ ਵੀ ਹੰਗਾਰਾ ਭਰਿਆ ਠੀਕ ਹੀ ਆਖਦਾ ਜਿੱਤੀ ਦਾ ਭਰਾ ਚਲੋ ਤਾਂ ਸੌਖੀ ਹੋ ਜੂ ਦੋਹਾਂ ਚੋਂ ਇੱਕ ਨੂੰ ਤਾਂ ਜਉਣ ਜੋਗਾ ਜਾਗਨ ਨਸੀਬ ਹੋ ਜੂ ਉਹਦੀ ਸੌਖ ਮੇਰੀ ਸੌਖ ਹੋ ਜੂ ਸਾਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਜੀਤੀ ਵਿਆਹ ਕਰਵਾ ਕੇ ਆਪਣੀ ਪੜ੍ਹਾਈ ਵਿੱਚੇ ਛੱਡ ਝੁੱਕ ਕੇ ਨੂੰ ਚੜ ਗਈ। ਉਸ ਦਿੋਂ ਅਚਾਨਕ ਜ਼ਿੰਦਗੀ ਵਿੱਚੋਂ ਮਨਫੀ ਹੋ ਜਾਣ ਨਾਲ ਜਿਵੇਂ ਗਿੰਦਰ ਦਾ ਅੰਦਰ ਪਛਿਆ ਗਿਆ। ਉਸ ਨੂੰ ਗਿਲਾ ਸੀ ਕਿ ਉਮਰਾਂ ਜਿੰਨੀ ਲੰਮੀ ਬਾਤ ਦਾ ਹੰਗਾਰਾ ਭਰਨ ਦਾ ਦਾਵਾ ਕਰਦੀ ਉਹ ਦੋ ਹੰਝੂ ਕਰਨ ਲਈ ਮੋੜਾ ਵੀ ਨਹੀਂ ਦੇ ਸਕੀ। ਪਰ ਇਹ ਗਿੰਦਰ ਦੀ ਸ਼ਰਾਫਤ ਸੀ ਜੋ ਜੀਤੀ ਨੂੰ ਦੋਸ਼ੀ ਕਹਿਣ ਦੀ ਥਾਂ ਆਪਣੀ ਪਤਲੀ ਹਾਲਤ ਨੂੰ ਕੋਸਦਾ ਰਿਹਾ। ਮੈਨੂੰ ਤਾਂ ਇਸ ਹੌਣੀ ਦਾ ਪਹਿਲਾ ਹੀ ਖਦਸ਼ਾ ਸੀ ਚਲੋ ਜਾਣੇ ਮੇਰੇ ਘਰ ਦੁਖੀ ਹੁੰਦੀ ਤਾਂ ਮੈਨੂੰ ਹੋਰ ਔਖ ਚੜਨੀ ਸੀ ਬਾਕੀ ਜ਼ਖਮਾਂ ਤੇ ਤਾਂ ਸਮਾਂ ਆਪੇ ਖਰੀਂਡ ਲੈ ਆਉਂਦਾ ਜੀਤੀ ਲਈ ਗਿੰਦਰ ਦੇ ਨਾਲ ਇਹ ਗਿਲਾ ਤਾਂ ਮੈਨੂੰ ਵੀ ਸੀ ਕਿ ਆਖਰੀ ਵਾਰ ਗਿਲੇ ਸ਼ਿਕਵੇ ਸਮੇਟ ਲੈਣ ਲਈ ਫੁਰਸਤ ਬਟੋਰਨੀ ਬਣਦੀ ਸੀ ਉਹ ਜਿਹੜੀ ਕਰਵਾਏ ਤੋਂ ਵੀ ਚੁੱਪ ਨਹੀਂ ਸੀ ਕਰਦੀ ਉਹ ਆਪਣੇ ਸੀਨੇ 'ਚ ਕੀ ਦਬਾ ਕੇ ਤੁਰ ਗਈ ਬਸ ਰਾਪੀ ਜਾਂਦਾ ਹੁਣ ਰਾਣੀ ਨਾਲ ਵਿਆਹ ਕੇ ਮੈਂ ਗਿੰਦਰ ਦੇ ਗਵਾਂਢ ਕੋਲਾ ਵਸੀਆਂ। ਮੈਨੂੰ ਵਿਆਉਣਗੇ ਇਕੱਠ ਵਿੱਚੋਂ। ਮਗਰ ਖੜਾ ਗਿੰਦਰ ਮੈਂ ਚਵਾਰੇ ਦੀ ਤਾਕੀ ਦਾ ਪਰਦਾ ਸਰਕਾ ਕੇ ਪਛਾਣਿਆ ਸੀ। ਜਦੋਂ ਮੈਂ ਰਾਣੀ ਨੂੰ ਟੁੱਕਿਆ ਆ ਦੇਖਣ ਲੱਗੀ ਸੀ। ਮੇਰੇ ਵਿਆਹ ਵਾਂਗਰੋਂ ਜਦੋਂ ਕਦੇ ਵੀ ਗਿੰਦਰ ਆਉਂਦਾ ਹੱਥ ਜੋੜ ਕੇ ਪੂਰੇ ਸਤਕਾਰ ਨਾਲ ਫਤਿਹ ਬੁਲਾਉਂਦਾ। ਜਿਵੇਂ ਕਲਾਮ ਹੀ ਨਾ ਕੀਤੀ ਹੋਵੇ ਕਦੇ। ਉਸ ਦੀਆਂ ਨਜ਼ਰਾਂ ਵਿੱਚ ਅਜਨਬੀਅਤ ਅਤੇ ਅਪਨੱਤ ਦਾ ਰੰਗ ਕੁਲਿਆ ਹੋਵੇ। ਫੇਰ ਉਹ ਜਦੋਂ ਵੀ ਸਾਡੇ ਵਿੜੇ ਕਿਸੇ ਕੰਮ ਵੱੜਦਾ ਮੇਰੇ ਸਹੁਰੇ ਘਰ ਮਾਤਾ ਜੀ ਉਹਨੂੰ ਕਈ ਕੰਮ ਗਨਵਾ ਦਿੰਦੀ ਗਿੰਦਰਾ ਸਾਡੀ ਮਾਂ ਖੁੱਲ ਗਈ ਬੰਨੀ ਵੀਰਾ ਜੀ ਅੱਜ ਸ਼ਹਿਰ ਗਿਆ ਤਾਂ ਮੇਰੀਆਂ ਅੱਖਾਂ ਦੀ दारू ਲਿਆਈ ਪੁੱਤ ਵੇ ਆ ਸਾਡਾ ਤਾਂ ਜੈ ਖਣੇ ਦਾ ਫੂਜ ਉੱਡ ਗਿਆ ਲਾਈ ਕੇ ਰਾਂ ਸ਼ੇਰ ਬਣ ਕੇ ਅੱਛਾ ਤਾਈ ਜੀ ਕਹਿ ਕੇ ਗਿੰਦਰ ਹੁਕਮ ਵਜਾਉਂਦਾ ਤੇ ਬਿਨਾਂ ਚਾਹ ਪਾਣੀ ਪੀਤੇ ਤੋਂ ਵਾਪਸ ਚਲਾ ਜਾਂਦਾ ਕਿਉਂਕਿ ਬਿਨਾ ਕੰਮ ਵਾਲੇ ਬੰਦੇ ਤੋਂ ਅਜਹੀ ਸੁਲਾ ਮਾਰਨੀ ਮੇਰੇ ਸੌਰਿਆਂ ਦੇ ਸਿਲੇਬਸ 'ਚ ਨਹੀਂ ਹੈ। ਕੇਰਾਂ ਉਹ ਜਦੋਂ ਮਾਤਾ ਨੇ ਕੰਮ ਕਿਹਾ ਤਾਂ ਕਸੀ ਤੇ ਪਸਰੇ ਰਾਣੇ ਵੱਲ ਹੱਥ ਕਰਕੇ ਗਿੰਦਰ ਨੇ ਕਿਹਾ ਤਾ ਇਹ ਜਿਹੇ ਕੰਮ ਤਾਂ ਰਾਣੇ ਬਾਈ ਤੋਂ ਕਰਵਾ ਲਿਆ ਕਰੋ ਨਾਲੇ ਮਾੜੀ-ਮੋਟੀ ਚਰਬੀ ਢਲੂਗੀ। ਕੋੜ-ਕੋੜ ਝਾਕਦਾ ਰਾਣਾ ਔਖਾ ਜਿਹਾ ਬੋਲਿਆ ਸੀ। ਰਹਿਣ ਦੇ ਰਹਿਣ ਦੇ ਆਪਦੀਆਂ ਫਿਲਾਸਫੀਆਂ ਨੂੰ ਤਾਈ ਨੇ ਤੈਨੂੰ ਰਗੜ ਕੇ ਫੋੜੇ ਤੇ ਲਾਉਣਾ ਫਿਰ। ਕਾਈ ਨੇ ਦੋਹਾ ਵਿਚਕਾਰ ਬੇਸ਼ਦੀ ਬਥ ਵਿਚਾਲੇ ਆਪਾ ਡਾਹ ਤਰਿਆ ਗਿੰਦਰ ਦੇ ਸ਼ਿਕਵੇ ਮੂਰੇ ਆਪਣੀ ਬੇਵਸੀ ਪ੍ਰੋਸਦਿਆ ਰਾਣੇ ਦੀਆਂ ਗੱਲਾਂ ਤੇ ਪੋਚਾ ਮਾਰਿਆ ਵੇ ਬੀਰ ਕਿੱਥੇ ਐਨੇ ਜੋਗਾ ਡੁੱਬੀ ਤਾਂ ਜੇ ਸਾ ਨਾ ਆਇਆ ਇਹਨੇ ਤਾਂ ਪਹਿਲੇ ਦਿਨੋਂ ਹੀ ਡੱਕਾ ਭੰਨ ਕੇ ਦੂਰਾ ਕੀਤਾ ਰਾਣਾ ਬੇਸ਼ਰਮੀ ਦੇ ਤਾਣ ਹੱਸਣ ਲੱਗ ਪਿਆ ਗਿੰਦਰ ਇਕੱਲਾ ਹੀ ਕੰਮ ਨਵੇੜ ਗਿਆ ਮੈਨੂੰ ਅੰਦਰੋਂ ਅੰਦਰੀ ਹਰਖਾਉਂਦਾ ਮਾਤਾ ਦਾ ਇਹ ਗਰੀਬਾ ਨਾਲ ਵਰਤਾਓ ਤੇ ਗਿੰਦਰ ਨੂੰ ਚੜਾਉਣਾ ਮੈਨੂੰ ਚੰਗਾ ਨਾ ਲੱਗਿਆ। ਮੈਨੂੰ ਗਿੰਦਰ ਦੀ ਹੀਠੀ ਲੱਗਦੀ ਹੈ। ਮੈਨੂੰ ਹੋਸਟਲ ਵਿੱਚ ਕਿਸੇ ਕੁੜੀ ਦੀ ਦੱਸੀ ਗੱਲ ਯਾਦ ਆਉਂਦੀ। ਉਹ ਕਹਿੰਦੀ ਸਾਡੇ ਗਵਾਂਢ ਇੱਕ ਸਰਦਾਰ ਆਪਣੀ ਘਰ ਵਾਲੀ ਨੂੰ ਕਹਿੰਦਾ ਸੁਣਿਆ ਆ ਮੇਰੇ ਬੁਰਸ਼ ਤੇ ਪੇਸਟ ਲਾ ਕੇ ਫੜਾਉ ਮੈਂ ਵੀ ਬੁਰਸ਼ ਕਰ ਲਵਾਂ। ਅਸੀਂ ਉਸ ਦਾ ਕਿੰਨਾ ਮਜ਼ਾਕ ਉਡਾਇਆ ਸੀ। ਤੇ ਅੱਜ ਰਾਣਾ ਗੁਸਲਖਾਨੇ ਵਿੱਚ ਜਾਣ ਤੋਂ ਪਹਿਲਾਂ ਤੌਲੀਆ ਕੱਛਾ ਬਣਾਉਣ কুর্তা ਪਜਾਮਾ ਪਹਿਲਾਂ ਮੇਰੇ ਤੋਂ ਟੰਗਵਾ ਕੇ ਹੀ ਨਹਾਉਣ ਜਾਂਦਾ ਹੈ ਕਿੰਨਾ ਹੱਡ ਰੱਖ ਤੇ ਮੰਜੇ ਤੋਂ ਟੱਕਰਿਆ ਮਨੋਂ ਲਾਂਬਾ ਭਾਲਦਾ ਕਦੇ दारू ਦੀ ਲੋਰ ਵਿੱਚ ਰਾਣੇ ਨੇ ਚਾਂਬਲਦਿਆਂ ਗਿੰਦਰ ਨੂੰ ਪੁੱਛਿਆ ਸੀ ਤੈਂ ਕਦੇ ਭਾਬੀ ਨਹੀਂ ਦੇਖੀ ਸੀ ਉੱਥੇ ਰਾਣੇ ਦੇ ਦੱਸਣ ਮੁਤਾਬਕ ਗਿੰਦਰ ਨੇ ਕਿਹਾ ਸੀ ਭਾਈ ਉੱਥੇ 3600 ਕੁੜੀ ਪੜਦੀ ਹੈ ਯੂਨੀਵਰਸਿਟੀ ਚ ਕੀ ਪਤਾ ਕਿਹੜੀ ਨੇ ਕਿਹਦੀ ਭਾਬੀ ਬਣਨਾ ਮੈਂ ਅੰਦਰੋਂ ਅੰਦਰੀ ਗਿੰਦਰ ਦੇ ਇਸ ਸਿਆਣੇ ਜਵਾਬ ਤੋਂ ਵਾਰ-ਵਾਰੇ ਜਾਂਦੀ ਹਾਂ ਸ਼ਾਇਦ ਉਹ ਜਾਣਦਾ ਹੋਵੇ ਕਿ ਬਿਸ਼ੀ ਚਾਦਰ ਦੀਆਂ ਸਲਵਟਾਂ ਦੇਖ ਕੇ ਹੀ ਸ਼ੱਕ ਪਾਲਦੇ ਇਹ ਕੱਕੇ ਕਿਸ ਕਿਆਸ ਦਾ ਕੱਪੜ ਦੇ ਨੇ ਇਉਂ ਹੀ ਇੱਕ ਵਾਰੀ ਮੈਂ ਤੇ ਰਾਣਾ ਘਰੋਂ ਬਾਹਰ ਕਾਰ ਤੇ ਜਾਣ ਲਈ ਨਿਕਲੇ ਤਾਂ ਅਗੋਂ ਗਿੰਦਰਪੁਰੇ ਰੌਲੇ ਰੱਪੇ ਵਾਲਾ ਫਿਟਪਿਟਿਆ ਜਿਹੜਾ ਡਾਇਰੈਕਟਰ ਲਈ ਆਉਂਦਾ ਸੀ ਉਸ ਦੀ ਟੇਪ ਵਿੱਚ ਉੱਚੀ ਉੱਚੀ ਗਾਣਾ ਲੱਗਿਆ ਹੋਇਆ ਸੀ ਭਾਵੇਂ ਬੋਲ ਤੇ ਭਾਵੇਂ ਨਾ ਬੋਲ ਵੇ ਚੰਨਾ ਵਸ ਅੱਖੀਆਂ ਦੇ ਕੋਲ ਉਸ ਨੇ ਇੱਕਦਮ ਟੇਬ ਬੰਦ ਕੀਤੀ ਸਾਨੂੰ ਦੁਆ ਸਲਾਮ ਕਰਕੇ ਅੱਗੇ ਹੋ ਲਿਆ ਉਸ ਦੇ ਜਾਣ ਮਗਰੋਂ ਰਾਣਾ ਫੁਕਰੇ ਜੇ ਢੰਗ ਨਾਲ ਗਾਲ ਕੱਢ ਕੇ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦਾ ਰਿਹਾ ਦੇਖ ਕਿਵੇਂ ਜੱਟ ਭੁੱਸਰਿਆ ਹੋਇਆ ਟਰੈਕਟਰ ਤੇ ਚੜ੍ਹਿਆ ਫਿਰਦਾ ਕਿਸ਼ਤਾਂ ਭਰਨ ਜੋਗੇ ਪੈਸੇ ਹਨੀ ਘਰੇ ਭੰਗ ਭੁਜਦੀ ਹੈ ਪੱਲੇ ਹਨੀ ਢੇਲਾ ਤੇ ਕਰਦੀ ਮੇਲਾ ਮੇਲਾ ਅਜਿਹੇ ਸਮੇਂ ਤੱਕ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਰਾਣਾ ਉਸ ਦੀ ਯੋਗਤਾ ਤੋਂ ਈਰਖਾ ਕਰਦਾ ਹੀ ਏਉਂ ਕਰਦਾ ਕਈ ਵਾਰੀ ਉਸਦੀ ਐਸੀ ਨਫ਼ਰਤ ਤੋਂ ਮੈਂ ਆਪਣਾ ਅੰਦਰ ਫਰੋਲਣ ਲੱਗੀ ਸਹਿਮ ਜਾਂਦੀ ਦੂਜੇ ਪਾਸੇ ਗਿੰਦਰ ਜਦ ਵੀ ਮਿਲਦਾ ਉਸਦੀ ਬਰੀਕ ਸੂਝ-ਬੂਝ ਦੀ ਦੱਸ ਪੈਂਦੀ ਹੈ ਉਹ ਜਦ ਰਾਹਾਂ ਤੇ ਤੁਰਦਾ ਹੈ ਜਿਵੇਂ ਰਾਹ ਦੇ ਜ਼ਰਰੇ-ਜ਼ਰਰੇ ਨੂੰ ਵੀ ਨੀਂਦ ਲਾ ਕੇ ਵੇਖਲਾ ਹੋਵੇ ਜਿਸ ਨੂੰ ਚੜ੍ਹਦੇ ਉੱਤਰਦੇ ਸੂਰਜ ਨਾਲ ਅਸਮਾਨੀ ਕੋਲ ਦੇ ਸੰਧੂਰੀ ਰੰਗਾਂ ਦੇ ਅਰਥ ਪੜਨੇ ਆਉਂਦੇ ਹੋਣ ਉਸਦੀ ਹਰ ਅਦਾ ਵਿੱਚ ਇੱਕ ਤਰਤੀਬ ਇੱਕ ਸਲੀਕਾ ਤੇ ਇੱਕ ਵਿਸ਼ੇਸ਼ ਕਸ਼ਿਸ਼ ਉਸਦੇ ਅੰਦਰ ਪਰਦੇ ਅਲਮ ਦਾ ਸਬੂਤ ਬਣਦੀ ਹੈ। ਪਰ ਰਾਣਾ ਜਿਸ ਨੇ ਔਰਤ ਨਾਲ ਬਸ ਸੌਣਾ ਸਿੱਖਿਆ ਸੀ, ਜਾਗਣਾ ਨਹੀਂ ਸਿੱਖਿਆ ਸੀ। ਚੜੀ ਲੱਥੀ ਦੀ ਕੋਈ ਅਕਲ ਤਮੀਜ਼ ਹੀ ਨਹੀਂ। ਆਣ ਕਹੀ ਗੱਲ ਬੁੱਝਣੀ ਦਾ ਇੱਕ ਪਾਸੇ ਰਹੀ, ਇਸ ਨੂੰ ਤਾਂ ਸਵੇਰੇ ਕਹੀ ਹੋਈ ਦੀ ਸਮਝ ਆਥਣੇ ਪੈਂਦੀ ਹੈ। ਫਿਰ ਮੈਂ ਗਿੰਦਰ ਦਾ ਪੱਖ ਪਾਲਦੀ ਆਂ। ਜਲ ਆਪਾਂ ਨੂੰ ਕੀ ਜਿਹੜੇ ਕਰਨਗੇ ਉਹ ਭਰਨਗੇ ਆਪਾਂ ਕਾਰਾਂ ਤੇ ਚੜੇ ਫਿਰਦੇ ਆਂ ਅਗਲਾ ਜੇ ਟੁੱਟੇ ਜਿ ਫਿਟਫਿਟੀਆਂ ਤੇ ਚੜ ਗਿਆ ਤਾਂ ਕੀ ਐ ਰਾਣਾ ਹਾਲੇ ਵੀ ਅੰਦਰ ਲਖ ਹੋਰ ਕੋਲ ਦਾ ਭਰਨਗੇ ਨਹੀਂ ਪਰਦੇ ਫਿਰਦੇ ਨੇ ਮਾਸਟਰਾਂ ਨੇ ਫੀਸਾਂ ਫੋਸਾਂ ਭਰਤੀਆਂ ਤਾਂ ਇਹ ਚਾਰ ਅੱਖਰ ਪੜ ਕਦਾ ਗਿਆ ਮੋਢਿਆਂ ਤੋਂ ਦੀ ਥੁੱਕਦਾ ਫਿਰਦਾ ਦੂਜਾ ਭਰਾ ਦਵਾਈ ਜਾਂਦਾ ਜ਼ਮੀਨ ਡੋਬ ਗਿਆ ਹੁਣ ਖਣੀ ਕਿਹੜੀ ਜੇਲ੍ਹ ਦੀਆਂ ਰੋਟੀਆਂ ਪਾੜਦਾ ਪਿਓ ਦਾ ਬਾਲਵਾਲ ਕਰਜ਼ੇ ਨਾਲ ਵਿੰਨਿਆ ਪਿਆ ਗਿੰਦਰ ਦੇ ਘਰ ਦੀ ਜਹੀ ਤਸਵੀਰ ਮੈਨੂੰ ਤੁਰੰਦਰ ਤੱਕ ਖਲੋਣ ਦਿੰਦੀ ਪਰ ਗਿੰਦਰ ਦੀ ਕਦੇ ਕਿਸੇ ਗੱਲ ਤੋਂ ਨਹੀਂ ਲੱਗਿਆ ਕਿ ਉਹ ਇੰਨੀਆਂ ਤੰਗ ਗਲੀਆਂ ਚੋਂ ਗੁਜ਼ਰ ਕੇ ਆਉਂਦਾ ਉਸ ਦੀ ਪਰਦੀ ਗੈਰਤ ਮੂਰੇ ਕਦੇ ਨਹੀਂ ਇਸ ਗੁਰਬਤ ਨੇ ਸਿਰ ਚੁੱਕਿਆ ਮੈਂ ਕਿਸੇ ਕਿਤਾਬ ਤੋਂ ਪੜ੍ਹਿਆ ਸੀ ਸੰਤੁਸ਼ਟ ਆਦਮੀ ਕਦੇ ਗਰੀਬ ਨਹੀਂ ਹੁੰਦਾ ਤੇ ਅਸੰਤੁਸ਼ਟ ਕਦੇ ਵੀ ਅਮੀਰ ਨਹੀਂ ਹੁੰਦਾ ਮੈਂ ਇਸ ਸਤਰ ਦੇ ਦੋਵੇਂ ਪਾਸੇ ਰਾਣਾ ਤੇ ਗਿੰਦਰ ਬਿਠਾ ਕੇ ਤੋਲਦੀਆਂ ਤਾਂ ਰਾਣਾ ਵਧੇਰੇ ਗਰੀਬ ਲੱਗਦਾ ਫੇਰ ਮੈਂ ਸੋਚਦੀ ਗਿੰਦਰ ਜਿੰਨਾ ਦੋ ਕਿਨਾਰਿਆਂ ਦੀ ਜੀਤੀ ਕੋਲ ਗੱਲ ਕਰਦਾ ਸੀ ਉਹ ਤਾਂ ਮੈਂ ਤੇ ਰਾਣਾ ਵੀ ਹੋ ਸਕਦੇ ਹਾਂ ਤੇ ਪਤਾ ਨਹੀਂ ਮੰਨਦੀਆਂ ਮਨ ਮੇਰੀਆਂ ਸੋਚਾਂ ਦੇ ਕਿਨਾਰੇ ਗਿੰਦਰ ਦੀਆਂ ਸੋਚਾਂ ਨਾਲ ਕਿੱਥੇ ਜਾ ਮੱਦੀ ਫੇਰ ਮੈਂ ਆਪਣੇ ਆਪ ਨੂੰ ਹਾਲਾਤ ਅਨਸਾਰ ਤਰਸਣ ਲੱਗੀ ਮੇਰੀਆਂ ਪਾਲੀਆਂ ਹੋਈਆਂ ਰੀਜਾਂ ਦੀਆਂ ਨੁੱਕਰਾਂ ਪੁਰਨ ਲੱਗੀਆਂ ਮੇਰੀ ਦੇਹੀ ਦੀਆਂ ਗੁਲਾਈਆਂ ਨਾਲ ਮੇਰੀਆਂ ਸੋਚਾਂ ਵੀ ਗੋਲ ਘੁੰਮਣ ਲੱਗੀਆਂ ਛੱਤ ਦੇ ਉਸ ਕੋਨੇ ਤੇ ਖੜੀ ਕਦੇ-ਕਦੇ ਮੈਂ ਜਦ ਆਪਣੇ ਅੰਦਰ ਪਰਤ ਦੀ ਤੱਜੀ ਕਰਦਾ ਭੱਜ ਕੇ ਗਿੰਦਰ ਕੋਲ ਜਾਵਾਂ ਉਹਨਾਂ ਦੀ ਦੇੜੀ ਤੇ ਬੈਠ ਕੇ ਗਿੰਦਰ ਵਾਂਗ ਡੱਕੇ ਨਾਲ ਉਸ ਦੇ ਬਾਰ ਮੂਰੇ ਦੁੱਖਾਂ ਸੁੱਖਾਂ ਦਾ ਨਕਸ਼ਾ ਉਲੇਕਾਂ ਉਹ ਆਪਣੀ ਭੁੱਖ ਦੀ ਬਾਤ ਪਾਵੇ ਜਿਸ ਦਾ ਹੱਲ ਹਾਲੇ ਹੈ ਫਿਰ ਮੈਂ ਆਪਣੇ ਰਸਹੀਣ ਫਿੱਕੇ ਸੁੱਖ ਦੀ ਦਾਸਤਾ ਸੁਣਾਵਾ ਜਿਸ ਦਾ ਕੋਈ ਤੋੜ ਨਹੀਂ ਉਹ ਮੈਨੂੰ ਰਿਸ਼ੀਆਂ ਮੂਣੀਆਂ ਵਾਂਗ ਭਾਸ਼ਣ ਦੇਵੇ ਤੇ ਮੈਂ ਰੁਪਈਆਂ ਦੀ ਪੰਡ ਬਣ ਕੇ ਉਹਦੇ ਬੇੜੇ ਖਲਾਰਾ ਮਾਂ ਮੇਰੇ ਅੰਦਰ ਤੇ ਬਾਹਰ ਦੋ ਵੱਖਰੇ ਸੰਸਾਰ ਉੱਸਰਦੇ ਰਹੇ ਦੂਰੋਂ ਦਿਸਦਾ ਗਿੰਦਰ ਦੇ ਘਰ ਦਾ ਬਜੂ ਧਰਤੀ ਦੀ ਹੱਕ ਉੱਤੇ ਉੱਠਿਆ ਛਾਲਾ ਜਿਹਾ ਲੱਗਦਾ ਘਰ ਦੀਆਂ ਕਾਲੀਆਂ ਹੋਈਆਂ ਇੱਟਾਂ ਇੱਟਾਂ ਤੇ ਵਗੀਆਂ ਮੀਂਹੇਰੀ ਦੀਆਂ ਕਸਮੈਲੀਆਂ ਘਰਾਂ ਦੀ ਕਾਲਖ ਘਰ ਦੇ ਬੀਤੇ ਇਤਿਹਾਸ ਨੂੰ ਸਮੋਈ ਬੈਠੀ ਲੱਗਦੀ ਵੇੜੇ ਵਿੱਚ ਬੰਨੇ ਲਿੱッセ ਜਿਹੇ ਪਸ਼ੂ ਘਰ ਵਿੱਚਲੀ ਗਰੀਬੀ ਨੂੰ ਲਾਂਭਾ ਦਿੰਦੇ ਲੱਗਦੇ ਅੱਧੇ ਕੁਬੇ ਸਰੀਰ ਨਾਲ ਹੱਡੀਆਂ ਦੀ ਮੁੱਠ ਜਿਹਾ ਬਜ਼ੁਰਗ ਗਿੰਦਰ ਦਾ ਪਿਤਾ ਖੇਤਾਂ ਵਿੱਚ ਗੱਡੇ ਡਰਨੇ ਵਰਗਾ ਨਕਲੀ ਬੰਦਾ ਹੋਣ ਦਾ ਝੌਲਾ ਪਾਉਂਦਾ ਗੁੰਦਵੇਂ ਸ਼ਰੀਰ ਵਾਲੀ ਇੱਕ ਅਧਖੜ ਔਰਤ ਗਿੰਦਰ ਦੀ ਮਾਂ ਹਰ ਵਕਤ ਕਿਸੇ ਚੱਕਰ ਵਿੱਚ ਰੁੱਝੀ ਵਿੜੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚੱਕਰ ਜੇ ਕੱਟਦੀ ਗਿੰਦਰ ਬਹੁਤ ਘੱਟ ਹੀ ਨਜ਼ਰੀ ਆਉਂਦਾ ਹੋ ਸਕਦਾ ਮੇਰੇ ਫਰਸਤ ਦੇ ਚੁਰਾਈ ਪਲਾਂ ਸਮੇਂ ਉਹ ਕਿਸੇ ਆਰੇ ਜੁਟਿਆ ਹੋਵੇ ਇਸ ਪਿੰਡ ਨਾਲ ਵਸ ਮੇਰੀ ਇਹੀ ਸਾਂਝ ਹੈ ਜਿਸ ਨਾਲ ਮਨ ਹਾਮੀ ਭਰਦਾ ਮੈਂ ਆਪਣੇ ਆਪ ਨਾਲ ਤਕਰਾਰ ਕਰਦੀ ਸੋਚਦੀ ਆਂ ਇਹ ਕਿਹੜਾ ਰਿਸ਼ਤਾ ਹੋਇਆ ਜਿੱਥੇ ਮੈਂ ਹਰ ਵਕਤ ਗੈਰਹਾਜ਼ਰ ਹੋ ਕੇ ਵੀ ਹਾਜ਼ਰ ਹੁੰਦੀ ਆ ਤੇ ਜਿੱਥੇ ਰਹਿ ਰਹੀ ਆ ਉੱਥੇ ਮਨਫੀ ਹਮੇਸ਼ਾ ਹੋ ਜਾਂਦੀ ਆ ਰਾਣੇ ਨਾਲ guzare ਕਈ ਨਾਜ਼ਕ ਪਲਾਂ ਵਿੱਚ ਵੀ ਸ਼ਾਮਲ ਹੁੰਦੀ ਗੈਰਹਾਜ਼ਰ ਹੁੰਦੀ ਆ ਉਸ ਦੇ ਬੋਲ ਉਸ ਦੀ ਬੇਤਰਤੀਬੀ ਅਲਗਰਜ਼ੀ ਮੈਨੂੰ ਖਲਦੀ ਰਹੀ ਤੇ ਮੈਂ ਉਸ ਖਲ ਨਮੂਰੇ ਸਿਰ ਝੁਕਾ ਤੁਰਨਾ ਕਬੂਲ ਕਰ ਲਿਆ ਮੇਰੇ ਘਰਦਿਆਂ ਨੇ ਜਿਵੇਂ ਰਾਣੇ ਨੂੰ ਮੇਰੇ ਨਾਲ ਨਿਤ ਬਲਾਤਕਾਰ ਕਰਨ ਦੀ ਮੋਲਤ ਤੀ ਮੋਹਰ ਲਗਾ ਦਿੱਤੀ ਹੋਵੇ ਮੋਹਰਤੋ ਜਾਦਾਈ ਮੈਨੂੰ ਰਾਣੇ ਦੀ ਉਹ ਪਹਿਲੀ ਹਰਕਤ ਜੋ ਮੈਨੂੰ ਵਿਆਹ ਕਿ ਲਿਆਉਂਦੇ ਨੇ ਕਾਰ ਵਿੱਚ ਆਪਣੇ ਚਾਚੇ ਦੇ ਪੁੱਤ ਤੋਂ ਚੋਰੀ ਮੇਰੇ ਨਾਲ ਕੀਤੀ ਸੀ ਮੇਰੀ ਵੱਖੀ ਤੇ ਭਰੀ ਉਸ ਚੁੰਡੀ ਨੇ ਨੀਲਾ ਚਟਾਕ ਪਾ ਦਿੱਤਾ ਸੀ ਸ਼ੁਕਰ ਹੈ ਮੈਂ ਕਈ ਕੱਪੜਿਆਂ ਨਾਲ ਲੱਦੀ ਹੋਈ ਸੀ ਨਹੀਂ ਤਾਂ ਉਹ ਚਟਾਕ ਉਮਰ ਭਰ ਲਈ ਸ਼ਾਇਦ ਚੱਬ ਬਣ ਜਾਂਦਾ ਕਿੰਨੇ ਦਿਨ ਉਹ ਲੱਗਿਆ ਨੀਲਾ ਦਾਗ ਮੇਰੇ ਤੇ ਲੱਗੀ ਮੋਹਰ ਵਾਂਗ ਜਪਦਾ ਰਿਹਾ ਕਾਸ਼ ਪਹਿਲੀ ਗੱਲ ਅੱਖਾਂ ਨਾਲ ਹੀ ਕੀਤੀ ਤੇ ਸਮਝੀ ਹੁੰਦੀ ਜਦੋਂ ਮੈਨੂੰ ਹੋਰਾ ਕੀਤਾ ਤਾਂ ਮੁਰੋਂ ਲੱਥ ਜਿਹਾ ਜਵਾਬ ਮਿਲਿਆ ਮੈਂ ਤਾਂ ਦੇਖਦਾ ਸੀ ਜੱਟ ਨੂੰ ਕਿੰਨੀ ਕੁ ਸਹਾਰਦੀ ਐ ਉਹਦੇ ਬੇਸ਼ਰਮ ਜਿਹੇ ਚੋਚਲੇ ਮੈਨੂੰ ਕੋਲਾ ਕਰ ਦਿੰਦੇ ਪਰ ਮੈਂ ਉੱਪਰੋਂ ਖੀਖੀ ਕਰਦੀ ਇੱਕ ਵਾਰੀ ਗਿੰਦਰ ਰਾਣੇ ਨੂੰ ਬਾਹਰ ਬੁਲਾ ਕੇ ਲੈ ਗਿਆ ਸ਼ਾਇਦ ਪੈਸੇ ਮੰਗਣ ਆਇਆ ਹੋਵੇਗਾ ਕਿਉਂ ਜੋ ਵਾਪਸ ਮੁੜਦਾ ਰਾਣਾ ਬੁੜਬੁੜ ਕਰ ਰਿਹਾ ਸੀ ਖਰਚ ਕਰਨ ਲੱਗੇ ਤਾਂ ਦੇਖਦੇ ਨਹੀਂ ਕਿਸੇ ਹਕੀਮ ਨੇ ਦੱਸਿਆ ਸੀ ਭੈਣ ਦੇ ਵਿਆਹ ਤੇ ਰੇੜੂਆ ਖੜਕਾਉਣ ਨੂੰ ਪੰਜ ਆਦਮੀ ਆ ਕੇ ਨੰਦ ਲੈ ਜਾਂਦੇ ਮੈਂ ਫਿਰ ਗਿੰਦਰ ਦਾ ਪੱਖ ਪੂਰਿਆ ਓਹੋ ਤੁਸੀਂ ਅਗਲੇ ਦੀ ਥਾਂ ਖੜ ਕੇ ਸੋਚੋ ਮੁੰਡੇ ਵਾਲੇ ਨਹੀਂ ਮੰਨੇ ਹੋਣੇ ਕੁੜੇ ਵਾਲਿਆਂ ਦੀ ਮਰਜ਼ੀ ਕਦੋਂ ਚੱਲਦੀ ਹੈ ਮੇਰੇ ਇੰਨਾ ਕਹਿਣ ਨਾਲ ਰਾਣੇ ਅੰਦਰ ਜਿੰਮੇ ਬਲਦੀ ਤੇ ਤੇਲ ਜਾ ਪਿਆ ਹੋਵੇ ਉਹ ਤਾਂ ਬਹਾਨਾ ਪਾੜ ਕੇ ਮੇਰੇ ਘਰਦਿਆਂ ਨੂੰ ਪੁਣ ਧਰਦਾ ਆਹੋ ਨਾਲੇ ਮੇਰੇ ਸਾਲਿਆਂ ਦੀ ਨਹੀਂ ਚੱਲੀ ਹੋਣੀ ਮਰਜ਼ੀ ਜਿਹੜੀ ਤਰੀਕ ਤੁਸੀਂ ਆਖੀ ਅਸੀਂ ਉਸੇ ਨੂੰ ਟੁੱਕੇ ਸੀ ਪਤਾ ਹੈ ਮੈਂ ਉਸ ਦੇ ਮੋਢੇ ਤੇ ਪੋਲੀ ਜਹੀ ਚਖਤ ਮਾਰ ਕੇ ਲਾੜ ਨਾਲ ਮੋੜਮਾ ਜਵਾਬ ਦਿੰਦੀ ਹਾਂ ਕਾਕਾ ਜੀ ਮੇਰੇ ਪੇਪਰ ਸੀ ਉਦੋਂ ਫੇਰ ਤੁਸੀਂ ਪੜ੍ਹੀ ਲਿਖੀ ਘਰ ਵਾਲੀ ਵੀ ਤਾਂ ਲੈਣੀ ਸੀ ਪਰ ਮੇਰੇ ਲਪੇਟੇ ਲਾੜ ਨੂੰ ਪੜੇਥਣ ਵਾਂਗ ਛਾੜ ਕੇ ਰਾਣਾ ਪੂਰੇ ਹਰਖ ਵਿੱਚ ਬੋਲਿਆ ਦੇਖ ਮੈਨੂੰ ਤੇਰੀ ਪੜ੍ਹਾਈ ਪੜ੍ਹੁਈ ਦੀ ਕੋਈ ਤਾਂ ਉਸਨੀ ਸਾਖ ਕਰਨ ਵਾਲਿਆਂ ਨੇ ਨਾ ਮੇਰੇ ਘਰ ਪੈਰ ਦਾੜੜ ਕਰ ਰੱਖੀ ਸੀ ਉਹ ਤਾਂ ਮਾਂ ਕਹਿਣ ਲੱਗੀ ਚਲ ਜਵਾਕਾਂ ਨੂੰ ਪੜਾਉਣਾ ਸੌਖਾ ਹੋਜੂ ਹੋਰ ਕਿ ਅਸੀਂ ਤਰੀ ਕਮਾਈ ਖਾਣੀ ਐ ਮੈਨੂੰ ਆਪਣੀਆਂ ਸਭ ਕੀਤੀਆਂ ਜਮਾਤਾਂ ਵਿਅਰਥ ਹੀ ਵੱਖੀ ਨਾਲੋਂ ਛੜ ਗਈਆਂ ਦਿਸੀਆਂ ਇਹਦੇ ਨਾਲ ਉਹ ਤਣਪੜੀ ਰਹਿੰਦੀ ਕਿਉਂ ਦੀਦਦੇ ਗਾਲੇ ਮਗਜ ਥੋਥਾ ਕੀਤਾ ਚਾਰ ਦਿਨ ਬਾਬਲ ਬੇੜੇ ਤਾਂ ਛਲੰਗਾ ਮਾਰ ਲੈਂਦੀ ਮਾਂ ਦੇ ਗੋਡੇ ਮੁੱਢ ਬੈਠਦੀ ਮਾਂ ਕੋਲ ਆਪਣੀਆਂ ਹਥੇੜੀਆਂ ਵਾਲੀ ਕਾਲਿਆਂ ਬਾਗਾਂ ਦੀ ਮਹਿੰਦੀ ਵਾਲੀ ਰੀਝ ਸਾਂਝੀ ਕਰਦੀ ਪਰ ਇਹ ਜੇ ਤਾਂ ਹੁਣ ਹੱਥ ਨਹੀਂ ਆ ਰਹੀ ਸੀ ਫੇਰ ਆਪਣੇ ਅੰਦਰ ਸਮੇਟੇ ਅੱਖਰਾਂ ਦੇ ਆਸਰੇ ਉਸ ਨੂੰ ਨਸੀਹਤ ਕਰਦੀ ਹਾਂ ਰਾਣੀ ਤੁਸੀਂ ਇਹ ਸਭ ਮਿੱਠਾ ਕਰਕੇ ਨਹੀਂ ਬੋਲ ਸਕਦੇ ਠੰਡੇ ਮਤੇ ਨਾਲ ਸੋਚੋ ਇੰਨਾ ਖਰਵਾ ਕਿਉਂ ਬੋਲਦੇ ਹੋ ਚੰਗੀ ਗੱਲ ਸਿੱਖਣ ਵਿੱਚ ਹਰਜ ਕੀ ਹੈ ਰਾਣਾ ਮੇਰੇ ਨਰਮ ਬੋਲਣ ਤੇ ਥੋੜਾ ਟੈੜਾ ਹੋ ਗਿਆ ਫੇਰ ਵੀ ਅੜੀ ਕਰਨ ਵਾਂਗ ਬੋਲਿਆ ਮੈਨੂੰ ਨਹੀਂ ਕੋਲੇ ਕੋਲੇ ਬੋਲ ਬੋਲਣੇ ਆਉਂਦੇ ਸ਼ਹਿਰੀਆਂ ਵਾਂਗੂੰ ਮੂੰਹ ਵਿੱਚ ਵਿੱਚ ਜਿ ਘਰੀ ਜਾਓ ਮੈਂ ਕਿਹਾ ਆਹੋ ਕੁਲਾ ਬੋਲ ਕੇ ਮੂੰਹ ਨਾਲ ਕਿਤੇ ਦੁੱਖ ਜੇ ਮੂੰਹ 'ਚ ਛਾਲੇ ਹੋ ਜਾਣਗੇ ਥੋੜੀਆਂ ਹੋਰ ਗਾਲਾਂ ਦੀ ਟਿਊਸ਼ਨ ਰੱਖ ਲੈ ਉਹ ਹੱਸ ਪਿਆ ਪਰ ਰੋਟੀ ਖਾਣ ਦੀ ਗਰਮੀ ਤਾਂ ਸਭ ਨੂੰ ਆਉਂਦੀ ਹੈ ਕੋਈ ਕਿੰਨਾ ਕ ਚਿਰ ਸਕਦਾ ਮੈਂ ਆਪਣੀ ਗਰਮੀ ਕਿੰਨਾ ਕ ਅੰਦਰ ਜਜ਼ਬ ਕਰਦੀ ਰਹਾਂਗੀ ਇੱਕ ਦਿਨ ਬਾਹਰੋਂ ਹੀ ਲੋਖਾ ਲੱਖਾ ਹੋਇਆ ਤੇ ਲੱਗਿਆ ਮੇਰੇ ਤੇ ਵਰਨ ਤੂੰ ਸਮਝਦੀ ਆ ਭਲਾ ਸਾਨੂੰ ਕਾਸੇ ਦਾ ਪਤਾ ਨਹੀਂ ਲੱਗਦਾ ਅਸੀਂ ਝੁੱਡੂ ਜਿ ਤੁਰੇ ਫਿਰਦੇ ਆ ਅੱਜ ਲਾਬੇ ਹੋਰਾਂ ਦਾ ਦਰਸ਼ਨ ਦੱਸਦਾ ਸੀ ਬਈ ਉਹ ਨੰਗਾ ਦਾ ਗਿੰਦੀ ਕਿਸੇ ਚੰਗੇ ਘਰ ਦੀ ਕੁੜੀ ਫਸਾਈ ਫਿਰਦਾ ਰਿਹਾ ਉਹ ਤੇਰੀ ਸੇਲੀ ਰਹੀ ਹੈ ਮੈਂ ਪੂਰੀ ਦ੍ਰਿੜਤਾ ਨਾਲ ਕਿਹਾ ਫਿਰ ਮੈਂ ਕੀ ਮੁਕਦਮਾ ਦਾ ਅਰਜ਼ ਕਰਾਵਾਂ ਮੇਰਾ ਕੀ ਲੈਣਾ ਦੇਣਾ ਇਸ ਮਾਮਲੇ ਨਾਲ ਰਾਣੇ ਨੂੰ ਵੀ ਸ਼ਾਇਦ ਇਹ ਗੱਲ ਖਾਨਣੇ ਪੈਂਦੀ ਲੱਗੀ ਫਿਰ ਗਿੰਦਰ ਨੂੰ ਗਾਲਾਂ ਦੇਣ ਲੱਗਿਆ ਜਾਤ ਦੀ ਕਿਰਲੀ ਸ਼ਤੀਰਾ ਨੂੰ ਜੱਫੇ ਦੇਖ ਜੱਟ ਕਿਵੇਂ ਉੱਚੇ ਬੁਰਜੀ ਹੱਥ ਲਾਉਂਦਾ ਫਿਰਦਾ ਅਜੀਆਂ ਚਲਾਕੀਆਂ ਤਾਂ ਬਥੇਰੀਆਂ ਆ ਜਾਂਦੀਆਂ ਨੇ ਪੜ੍ਹਾਈ ਕਰਕੇ ਮੈਂ ਮੌਕਾ ਦੇਖ ਕੇ ਪਾਸਾ ਵੱਟ ਜਾਂਦੀ ਆ ਪਰ ਰਾਣੀ ਦੀ ਬਾਰ-ਬਾਰ ਪੜ੍ਹਾਈ ਦੇ ਵਿਰੋਧ ਤਾਂ ਮੈਨੂੰ ਅਕਸਰ ਅਖਰਦੀ ਐ ਮੈਂ ਫੇਰ ਥੋੜਾ ਛਾੜਦੀ ਆ ਚਲ ਆਪਾਂ ਜਵਾਕ ਜਮਾਣ ਪੜ ਰੱਖਾਂਗੇ ਮੈਨੂੰ ਸੌਂ ਲੱਗੇ ਜੇ ਪੜਨ ਲਾਵਾਂ ਨਾਲੇ ਮੈਂ ਕੀ ਖੱਟ ਲਿਆ ਪੜ੍ਹ ਕੇ ਮੇਰਾ ਇਹ ਦੌਕਾ ਚੰਗਾ ਕੰਮ ਆਇਆ ਉਹ ਬਾਹਰ ਨੂੰ ਨਿਕਲ ਗਿਆ ਇਉਂ ਹੀ ਇੱਕ ਵਾਰੀ ਗਿੰਦਰ ਨੂੰ ਮਾਤਾ ਜੀ ਨੇ ਆਪ ਹਾਕ ਮਾਰੀ ਸੀ ਉਸਨੇ ਜਦੋਂ ਮੈਨੂੰ ਪਹਿਲਾਂ ਵਾਂਗ ਫਤੇ ਬੁਲਾਈ ਮੈਂ ਵਾਸ ਸਿਓ ਪੁੱਛ ਬੈਠੀ ਹੋਰ ਗਿੰਦਰ ਕੀ ਹਾਲ ਹੈ ਜਿਵੇਂ ਜਵਾਬ ਵਿੱਚ ਸਭ ਦੀ ਹਾਜ਼ਰੀ ਵਿੱਚ ਗਿੰਦਰ ਨੇ ਸੰਕੋਚ ਵਿੱਚ ਸ਼ਰਧ ਆਖੀ ਠੀਕ ਹੀ ਐ ਜੀ ਜਿਹੜਾ ਦਿਨ ਲੰਘ ਜਾਂਦਾ ਮੇਰਾ ਜੀ ਕਰਦਾ ਕਿ ਉਹ ਵੀ ਕਦੇ ਚੰਬਲ ਕੇ ਜੇ ਮੈਨੂੰ ਭਾਬੀ ਆਖੇ ਆਪਣੀ ਹੋਣ ਦਾ ਕੋਈ ਸਿਰਾ ਮੇਰੇ ਨਾਲ ਜੋੜੇ ਉਸ ਦੇ ਜਾਣ ਪਿੱਛੋਂ ਮੈਨੂੰ ਪੂਰੀਆਂ ਝੜਕਾ ਮਿਲਣਾ ਭਲਾ ਤੈਂ ਕੀ ਲੈਣਾ ਸੀ ਉਹਦੇ ਹਾਲ ਤੋਂ ਐਵੇਂ ਨਹੀਂ ਬੰਦਿਆਂ ਨੂੰ ਸਿਰ ਚੜਾਈਦਾ ਹੁੰਦਾ ਸਭ ਨੂੰ ਥਾਂ ਸੇ ਰੱਖੀ ਦਾ ਮੇਰੇ ਕਹੇ ਬੋਲ ਗੱਲ ਤਾਂ ਤੇਰੀ 16 ਅੰਨੇ ਸੱਚ ਹੈ ਦੇ ਅਰਥ ਸ਼ਾਇਦ ਉਸ ਤੱਕ ਨਹੀਂ ਪੁੱਜਦੇ ਮੈਂ ਸਭ ਅੰਦਰੇ ਸਮੇਟ ਲੈਂਦੀ ਆ ਇਹੋ ਜੀਆਂ ਕਿੰਨੀਆਂ ਹੀ ਗੱਲਾਂ ਨਿਤਬਾ ਕਰਦੀਆਂ ਨੇ ਜੋ ਮੇਰੇ ਅੰਦਰ ਕਬਾੜ ਇਕੱਠਾ ਕਰੀ ਜਾਂਦੀਆਂ ਮੇਰੇ ਅੰਦਰ ਚੁਬਦੀਆਂ ਨੇ ਇਸ ਘਰ ਨਾਲ ਘਰ ਦੇ ਜੀਆਂ ਨਾਲ ਕੋਈ ਅੰਦਰਲਾ ਸਿਰ ਨਹੀਂ ਜੜਨ ਦਿੰਦੀਆਂ ਇਸ ਪੂਰੇ ਪਿੰਡ ਵਿੱਚ ਬਸ ਗਿੰਦਰ ਤੋਂ ਬਿਨਾ ਮੇਰੀ ਕੋਈ ਵੀ ਸਾਝ ਨਹੀਂ ਜੜ ਸਕੀ ਸਾਡਾ ਗੋਹਾ ਕੁੜਾ ਕਰਨ ਵਾਲੀ ਬਚਨੀ ਪਿੰਡ ਦਾ ਤੁਰਦਾ ਫਿਰਦਾ ਅਖਬਾਰ ਕਹੀ ਜਾ ਸਕਦੀ ਹੈ ਪਿੰਡ ਵਿੱਚ ਹੋਈਆਂ ਬੀਤੀਆਂ ਨੂੰ ਰੋਲ ਰੋਲ ਕੇ ਸਾਡੇ ਵਿਹੜੇ ਲਿਆ ਧਰਦੀ ਹੈ ਉਹ ਮਾਤਾ ਜੀ ਕੋਲ ਗੱਲ ਕਰਦੀ ਹੈ ਬੇਬੇ ਜੀ ਗਾਹਾਂ ਗੱਲ ਨਾ ਕਰਿਓ ਉਹ ਚੌਥਰੇ ਵਾਲੀਆਂ ਅੱਜ ਲੜਪਣਾ ਇਹੋ ਜੇ ਮਿਹਣੇ ਉਹ ਮਿਹਣੀ ਹੋਈਆਂ ਬਸ ਪੁੱਛੋ ਨਾ ਅੱਗਾ ਪਿੱਛਾ ਸਭ ਫਰੋਲਤਾ ਕੀਤੀ ਗੱਲ ਗਾਂਹ ਹੋ ਜਾਂਦੀ ਹੈ ਤਨਹੋਲੋ ਦੇ ਪੇਕੇ ਤਾਂ ਆ ਕੇ ਬਹਿ ਗਏ ਜਾਣਦਾ ਹੁਣ ਨੋਂ ਨਹੀਂ ਲੈਂਦੇ ਭਲਾ ਕੁੜੀ ਦੇ ਘਰ ਡੇਰੇ ਲਾਉਣ ਦਾ ਕੀ ਕੰਮ ਮੁੰਡਾ ਤਾਂ ਘਰੋਂ ਭੱਜਿਆ ਫਿਰਦਾ ਭਈ ਤੁਸੀਂ ਜਵਾਈ ਦਾ ਹਰ ਸਮਝੋ ਇਹੋ ਜੀਆਂ ਕਈ ਕਾਤਰਾਂੀਆਂ ਬਖੀਰਦੀ ਜਿਸ ਵਿੱਚ ਮਾਤਾ ਜੀ ਦਾ ਪੂਰਾ ਧਿਆਨ ਜੁਟਦਾ ਮੈਂ ਚਾਹ ਪਾਣੀ ਬਚਨੀ ਲੈ ਲਿਆ ਕੇ ਦਿੰਦੀ ਤਾਂ ਜੋ ਪੂਰੀਆਂ ਸੁਰੱਖੀਆਂ ਦੱਸ ਕੇ ਜਾਵੇ ਕਿਉਂ ਹੀ ਇੱਕ ਦਿਨ ਉਸ ਅਖਬਾਰ ਤੇ ਗਿੰਦਰ ਦੇ ਘਰ ਦਾ ਪੂਰਾ ਨਕਸ਼ਾ ਲਿਖਿਆ ਜਾ ਰਿਹਾ ਸੀ ਭਈ ਕਰਜ਼ੇ ਵਾਲੇ ਨਾਲ ਪੁਲਿਸ ਲੈ ਆਏ ਪਿਓ ਪੁੱਤ ਖੇਤਾਂ ਨੂੰ ਬਾਹੋਂ ਦਾ ਹੀ ਭੱਜ ਤੁਰੇ ਮੇਰਿਆਂ ਅੱਖਾਂ ਅੱਗੇ ਪੁਲਸ ਮੂਰੇ ਭੱਜੇ ਜਾਂਦੇ ਗਿੰਦਰ ਦਾ ਡੰਬ ਰਿਆ ਹੋਇਆ ਚਿਹਰਾ ਆ ਗਿਆ ਖੁੱਲ ਕੇ ਗਲ ਪਈਆਂ ਬਲੂਦਰੀਆਂ ਨਾਲ ਨੰਗੇ ਪੈਰੀ ਭੱਜਿਆ ਜਾਂਦਾ ਗਿੰਦਰ ਮੇਰੇ ਲਈ ਤਰਸ ਦਾ ਪਾਤਰ ਸੀ ਬਚਨੀ ਹਾਲੇ ਵੀ ਦੱਸ ਰਹੀ ਸੀ ਕਰਜ਼ੇ ਵਾਲੇ ਟਰੈਕਟਰ ਹੱਕ ਕੇ ਲੈ ਗੇ ਮੁੰਡਾ ਤਾਂ ਬਥੇਰਾ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋਇਆ ਸੀ ਪਰ ਗੜੇ ਪੈ ਗੇ ਫਸਲ ਮਰ ਗਈ ਹੁਣ ਕੀ ਦੀ ਮਾਨਵਾਸੀ ਆਖੇ ਨੌਕਰੀ ਨੂੰ ਕਈ ਥਾਈਂ ਜਾ ਕੇ ਖਾਲੀ ਹੱਥ ਆ ਗਿਆ ਇਹ ਵਿਧਿਆ ਪੂਰੇ ਧਿਆਨ ਨਾਲ ਸੁਣਦੀ ਗਿੰਦਰ ਦੀ ਥਾਂ ਤੇ ਵਾਰ-ਵਾਰ ਜਾ ਕੇ ਮੁੜਦੀ ਆ ਉਸ ਦੀ ਨੀਵੀਂ ਕੀਤੀ ਗਰਦਨ ਤੇ ਟਿਕਦੇ ਭਾਰ ਨੂੰ ਮਹਿਸੂਸਦੀ ਆ ਉਸ ਅੰਦਰੋਂ ਖੁੰਡਾ ਹੋ ਗਿਆ ਮਰਦ ਹੋਣ ਦਾ ਰੰਦਾ ਜਰਦੀ ਹਾਂ ਪਰ ਕਰ ਕੁਝ ਨਹੀਂ ਸਕਦੀ ਇਹ ਸਭ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ ਮੇਰੇ ਅੰਦਰ ਸੋਚਾਂ ਦੇ ਚਿੰਤਾ ਦੇ ਉਦਾਸੀਆਂ ਤੇ ਬੇਵਸੀਆਂ ਦੇ ਅੰਬਾਰ ਲੱਗਣ ਲੱਗਦੇ ਨੇ ਤੇ ਫੇਰ ਸਭ ਤੋਂ ਮਨਹੂਸ ਖਬਰ ਵੀ ਰਾਣੇ ਨੇ ਆ ਕੇ ਦੱਸੀ ਆ ਦੇਖ ਲੈ ਪੜਿਆਂ ਦਾ ਜਿਗਰਾ ਰਾਤ ਗਲ ਫਾਹਾ ਲੈ ਕੇ ਮਰ ਗਿਆ ਖੇਤ ਵਾਲੀ ਟਾਲੀ ਦੇ ਉੱਪਰ ਲਟਾਣੇ ਤੋਂ ਡਿੱਗ ਕੇ ਤੁਰ ਗਿਆ ਗਿੰਦੀ ਇਹ ਸਭ ਸੁਣ ਕੇ ਮੈਂ ਸਾਹ ਸਤਹੀਨ ਸੁੰਨ ਹੋ ਜਾਂਦੀ ਆ ਆਪਣੀ ਨਿੱਕਲ ਦੀ ਪੁੱਭ ਨੂੰ ਮਸਾ ਬੋਚਿਆ ਮੇਰਾ ਕਾਲਜਾ ਹੇਠਾਂ ਨੂੰ ਦਸ ਗਿਆ ਜਿਵੇਂ ਮੇਰਾ ਜਗ ਸੁਨ ਹੋ ਗਿਆ ਸਭ ਤੋਂ ਅੱਖ ਬਚਾ ਕੇ ਮੈਂ ਆਪਣੀ ਕਿਸੇ ਕਲਾਸ ਫੈਲੋ ਨੂੰ ਇਹ ਸਭ ਦੱਸਦੀ ਆਂ। ਅੱਗੋਂ ਉਸਨੇ ਦੱਸਿਆ ਜੀਤੀ ਆਈ ਸੀ ਪਿਛਲੇ ਹਫਤੇ ਜੀਤੀ ਆਈ ਸੀ ਤੇ ਗਿੰਦਰ ਵੀ ਆਪਣੀ ਡਿਗਰੀ ਲੈਣ ਆਇਆ ਸੀ। ਜੀਤੀ ਨੇ ਪੂਰੀ ਭੀੜ ਵਿੱਚ ਖੜੇ ਗਿੰਦਰ ਦੇ ਗਲ ਬਾਹਾਂ ਪਾ ਕੇ ਤਹਾ ਮਾਰੀਆਂ। ਕਿ ਮੈਂ ਉੱਥੇ ਬਹੁਤ ਔਖੀ ਆਂ। ਗਿੰਦਰ ਨੇ ਉਸ ਦਾ ਸਿਰ ਕੋਲ ਉਸਦਿਆਂ ਕਿਹਾ ਸੀ। ਮੇਰਾ ਦਰ ਤੇਰੇ ਲਈ ਹਮੇਸ਼ਾ ਖੁੱਲ੍ਹਾ ਰਹੂਗਾ। ਜਦ ਮਰਜ਼ੀ ਆ ਜੀ। ਇਸ ਪਿੱਛੋਂ ਪਤਾ ਨਹੀਂ ਉਹ ਕਿਹੜਾ ਸੋਚਾਂ ਵਿੱਚ ਕੈਦ ਆਪਣੇ ਆਪ ਨਾਲ ਲੜਦਾ ਰਿਹਾ ਹੋਵੇਗਾ ਜਿਸ ਪਿੱਛੋਂ ਇਸ ਜੱਗ ਨੂੰ ਠੋਕਰ ਮਾਰ ਗਿਆ ਮੈਂ ਆਪਣੀ ਉਦਾਸੀ ਮਾਤਾ ਜੀ ਕੋਲ ਕਰਦੀ ਹਾਂ ਕਿ ਮੈਨੂੰ ਬਹੁਤ ਡਰਾਉਣੇ ਸੁਪਨੇ ਆਉਂਦੇ ਨੇ ਗਿੰਦਰ ਵੇੜੇ ਵਿੱਚ ਖੜਾ ਦਿਸਦਾ ਹੈ ਮੇਰੀਆਂ ਅੱਖੀਆਂ ਹੀ ਨਹੀਂ ਪੂਰਾ ਰੋਮ ਰੋਮ ਭਿੱਜ ਜਾਂਦਾ ਹੈ ਜਦੋਂ ਮੈਂ ਆਪਣੀ ਇਹ ਵਰਜ ਤਿਛਾ ਮਾਂ ਕੋਲ ਕਰਦੀ ਹਾਂ ਤਾਂ ਮਾਤਾ ਪ੍ਰਸਿੱਧ ਜਾਂਦੀ ਹੈ ਆਹ ਹੋ ਕੁੜੇ ਦੁੱਖ ਦੇ ਸੁੱਖ ਦੇ 129 ਬੁੱਤੀ ਸਾਰਦਾ ਸੀ ਆਪਾਂ ਨੂੰ ਮਾਂ ਉਹਦੀ ਮਾਂ ਕੋਲ ਜਾਣਾ ਚਾਹੀਦਾ ਸੁੱਖ ਚ ਭਾਵੇਂ ਨਾ ਜਾਵੋ ਦੁੱਖ ਦੇ ਤੇ ਜਾਣਾ ਬਣਦਾ ਮੈਂ ਤੇ ਮਾਤਾ ਰਾਣੀ ਤੋਂ ਚੋਰੀ ਗਿੰਦਰ ਦੇ ਘਰ ਗਈਆਂ ਸਾਨੂੰ ਘਰ ਗਈਆਂ ਦੇਖ ਉਸ ਮਾਂ ਦੇ ਹੰਝੂਆਂ ਦਾ ਨੱਕਾ ਟੁੱਟ ਗਿਆ ਮਰੇ ਗਿੰਦਰ ਦੀ ਮਾਂ ਦੇ ਗਲ ਬਾਹਾਂ ਪਾ ਕੇ ਮੈਂ ਜੀ ਭਰ ਕੇ ਰੋਈ ਮਾਂ ਦੇ ਕੀਰਨੇ ਮੇਰੇ ਸਾਰ ਪਾਰ ਲੰਘਦੇ ਰਹੇ ਵੇ ਤੂੰ ਉੱਚੇ ਬੁਰਜੀ ਚੜਕੇ ਛਾਲ ਮਾਰ ਗਿਆ ਮੇਰੀਆਂ ਬਹੁਤਿਆਂ ਅਕਲਾਵਾਲਿਆ ਪੁੱਤ ਤਾ ਮੈਨੂੰ ਲੱਗਿਆ ਸੱਚ ਹੀ ਉੱਚਾ ਬੁਰਜੋ ਸਹਾਰਨੀ ਕਰ ਸਕਿਆ ਅਕਲਾ ਹਾਰ ਗਈਆਂ ਤੇ ਉਹ ਹੀਰੇ ਵਰਗਾ ਸ਼ਖਸ ਚੰਨ ਦੀ ਛਾਤੀ ਦਾ ਦਾਗ ਜਾ ਬਣਿਆ